ਹਾਂਜੀ ਨੰਬਰਦਾਰ ਸਾਹਿਬ, ਕੀ ਕਹਿਣਾ ਚਾਹੁੰਦੇ ਤੁਸੀਂ ਅੱਜ? ਆਪਾਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਵੀ ਵੱਡੀਆਂ ਬੁਲੰਦੀਆਂ 'ਤੇ ਚੰਗੇ ਕੰਮ ਕਰ ਰਿਹਾ ਸ਼੍ਰੀਮਾਨ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ, ਉਹਨਾਂ ਦੇ ਪੂਰੇ ਮੰਤਰੀ, ਉਹਨਾਂ ਦੇ ਹਲਕਾ ਇੰਚਾਰਜ ਹਰਸਿਮਰਨਜੀਤ ਸਿੰਘ ਘੁੰਮਣ, ਬਹੁਤ ਮਿੱਠਾ ਬੋਲਦੇ, ਘੱਟ ਬੋਲਦੇ, ਮਿੱਠਾ ਬੋਲਣ ਵਾਲੇ ਕਾਮਯਾਬ ਹੁੰਦੇ ਹਨ ਅਤੇ ਕਾਲਾ ਬੋਲਣ ਵਾਲਾ ਕੋਈ ਵੀ ਕਾਮਯਾਬ ਨਹੀਂ ਹੁੰਦਾ। ਹਰਸਿਮਰਨਜੀਤ ਸਿੰਘ ਆਪਣੇ ਹਲਕੇ ਨੂੰ ਵੱਡੀਆਂ ਬੁਲੰਦੀਆਂ 'ਤੇ ਲੈ ਕੇ ਜਾਊਗਾ ਅਤੇ ਆਉਣ ਵਾਲੇ ਸਮਾਂ 'ਚ ਮੁੱਖ ਮੰਤਰੀ ਉਹਨਾਂ ਨੂੰ ਮੰਤਰੀ ਬਣਾਊਗਾ ਅਤੇ MLA ਜ਼ਰੂਰ ਬਣਨਗੇ। ਸਰਕਾਰ ਦੀ ਕਾਰਗੁਜ਼ਾਰੀ? ਸਰਕਾਰ ਵਧੀਆ ਕੰਮ ਕਰ ਰਹੀ ਆ ਸਾਡੇ ਹਲਕੇ ਵਿੱਚ, ਪਲਾਤ ਵਿੱਚ ਤਹਿਸੀਲਦਾਰ ਸਾਹਿਬ ਵਧੀਆ ਵਧੀਆ ਬਗੈਰ ਪੈਸਿਆਂ ਤੋਂ ਕੰਮ ਕਰਦੇ ਹਨ। ਵਧੀਆ ਪਟਵਾਰੀ ਮਨਪ੍ਰੀਤ, ਪਟਵਾਰੀ ਬਲਵਿੰਦਰ ਸਿੰਘ ਭੁੰਦੜ, ਪਟਵਾਰੀ ਪ੍ਰਵੀਨ, ਪਟਵਾਰੀ ਜਿੰਨੇ ਵੀ ਆ, ਬਹੁਤ ਰਣਜੀਤ ਪਟਵਾਰੀ, SDM ਸਾਹਿਬ ਪਲੱਥ, ਬਹੁਤ ਹੜ੍ਹ ਵਿੱਚ ਕੰਮ ਕੀਤਾ ਉਹਨਾਂ ਨੇ, ਸਾਡੇ ਹਲਕੇ ਵਿੱਚ ਵੱਡੇ ਕੰਮ ਕੀਤੇ ਅਤੇ ਹਲਕੇ ਨੂੰ ਮਾਜਵਾ ਵੀ ਦਵਾ ਰਹੇ ਹਨ। ਧੰਨਵਾਦੀ ਹਾਂ DC ਸਾਹਿਬ ਦੇ, DC ਨੇ ਵੀ ਦੌਰਾ ਕੀਤਾ ਅਤੇ ਬਹੁਤ ਵਧੀਆ ਕੰਮ ਕੀਤੇ ਸਾਡੇ ਪਲੱਥ ਹਲਕੇ ਵਾਸਤੇ। ਪਿੰਡ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਪਿੰਡ 'ਚ ਕੋਈ ਕੰਮ ਕਰਿੰਦਾ ਜਾਂ ਕੀ? ਪਿੰਡ ਵਿੱਚ ਜੇ ਤਾਂ ਸਾਡੀ ਬੈਸਟ ਪੰਚਾਇਤ ਬਣ ਗਈ ਤਾਂ ਨੇਰੀਆਂ ਲਿਆ ਦਿਆਂਗੇ ਵਿਕਾਸ ਦੀਆਂ। ਸਾਡੇ ਆਉਣ ਵਾਲੇ ਸਰਪੰਚ ਇੱਕ ਨੇ 50 ਲੱਖ ਰੁਪਇਆ ਐਲਾਨ ਕਰਤਾ ਵਾ ਵੀ ਪਿੰਡ ਉੱਤੇ ਆਪਣੇ ਕੋਲੋਂ ਲਾ ਦੂੰਗਾ। ਹੋਰ ਕੀ ਮੰਗ ਕਰਦੇ ਸਰਕਾਰ ਕੋਲ ਇਲਾਕੇ ਦੇ ਵਿੱਚ ਜਿਹੜਾ ਕੰਮ ਹੋਣਾ ਚਾਹੀਦਾ? ਸਾਡੇ ਇਲਾਕੇ ਵਿੱਚ ਸਰਕਾਰ ਕੋਈ ਵੱਡੀ ਮਿੱਲ ਲਾਵੇ ਜਿਹੜੇ ਕਿ ਸਾਡੇ ਲੋਕ ਬੇਰੁਜ਼ਗਾਰ ਕੰਮ 'ਤੇ ਲੱਗਣ ਅਤੇ ਸਾਡਾ ਪਲਾਤ ਹਲਕਾ ਕਾਮਯਾਬ ਹੋਵੇ। ਹੋਰ ਪੁਲਿਸ ਪ੍ਰਸ਼ਾਸਨ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਪੁਲਿਸ SSP ਸਾਹਿਬ ਬਹੁਤ ਵਧੀਆ ਹਨ, SP ਹੁੰਦੜ ਸਾਹਿਬ ਹੈੱਡਕੁਆਟਰ ਬਹੁਤ ਵਧੀਆ ਹਨ, SP D, DSP, DSP ਪਲੱਥ, SHO ਹਰਜਿੰਦਰ ਸਿੰਘ ਪਲੱਥ ਲੱਗੇ ਸੀ, ਬਹੁਤ ਵਧੀਆ ਕੰਮ ਕਰਦੇ ਹਨ ਹਲਕੇ ਵਿੱਚ, ਵਧੀਆ ਕੰਮ ਕਰਦੇ ਬਲਵੀਰ ਸਿੰਘ, SHO ਢਿਲਵਾਂ, SHO ਹਰਦੀਪ ਸਿੰਘ ਸਮਾਨਪੁਰ, SHO ਬੇਗੋਵਾਲ, ਵਧੀਆ ਕੰਮ ਕਰ ਰਹੇ ਆ ਹਲਕੇ ਲਈ, ਵਧੀਆ ਕੰਮ ਕਰ ਰਹੇ ਆ।